ਕੋਸ਼ੋ ਖੋਜੀ ਚਿੱਤ ਦਾ ਵਿਚਾਰ ਵਨ ਚਿੱਤ ਦਾ ਇਹ ਲੱਛਣ ਹੈ ਕਿ ਜੇਕਰ ਹੈ ਜੇਕਰ ਪਰਮਾਤਮਾ ਹੈ ਤਾਂ ਮੈਂ ਖੋਜਾਂਗਾ ਜੇਕਰ ਮਿਲੇਗਾ ਤੇ ਮੇਰੀ ਪਾਤਰਤਾ ਤੇ ਮੇਰੇ ਅਧਿਕਾਰ ਨਾਲ ਮਿਲੇਗਾ ਜੇਕਰ ਮਿਲੇਗਾ ਤਾਂ ਮੇਰੇ ਜੀਵਨਦਾਨ ਨਾਲ ਮਿਲੇਗਾ ਜੇਕਰ ਮਿਲੇਗਾ ਤਾਂ ਮੇਰੇ ਤਪ ਮੇਰੇ ਧਿਆਨ ਨਾਲ ਮਿਲੇਗਾ ਜੇਕਰ ਮਿਲੇਗਾ ਤਾਂ ਮੇਰੀ ਮਿਹਨਤ ਦਾ ਫਲ ਹੋਏਗਾ ਧਿਆਨ ਰਹੇ ਵਿਚਾਰਮਾਨ ਵਿਅਕਤੀ ਜੇਕਰ ਮੁਫਤ ਵਿੱਚ ਮਿਲਦਾ ਵੀ ਹੋਵੇ ਪਰਮਾਤਮਾ ਤਾਂ ਟੁਕਰਾ ਦੇਗਾ ਉਹ ਕਹੇਗਾ ਕਿ ਜੋ ਆਪਣੀ ਮਿਹਨਤ ਨਾਲ ਨਹੀਂ ਮਿਲਿਆ ਉਹਨੂੰ ਲੈਣਾ ਮੁਨਾਸਬ ਵੀ ਨਹੀਂ ਹੈ ਉਹ ਕਹੇਗਾ ਮੈਂ ਆਪਣੀ ਮਿਹਨਤ ਨਾਲ ਪਾਵਾਂਗਾ ਤੇ ਧਿਆਨ ਰਹੇ ਕੁਝ ਚੀਜ਼ਾਂ ਹਨ ਜੋ ਆਪਣੀ ਹੀ ਮਿਹਨਤ ਨਾਲ ਪਾਈਆਂ ਜਾ ਸਕਦੀਆਂ ਹਨ ਪਰਮਾਤਮਾ ਉਹਨਾਂ ਚੀਜ਼ਾਂ 'ਚ ਨਹੀਂ ਹੈ ਜੋ ਬਾਜ਼ਾਰ 'ਚ ਵਿਕਦੀਆਂ ਹੋਣ मिल ਜਾਂਦੀਆਂ ਹੁਣ ਸੱਚ ਉਹਨਾਂ ਚੀਜ਼ਾਂ 'ਚੋਂ ਨਹੀਂ ਹੈ ਜਿਸ ਦੀ ਕੋਈ ਦੁਕਾਨ ਹੋਵੇ ਜਿੱਥੋਂ ਤੁਸੀਂ ਸੱਚ ਖਰੀਦ ਲਿਆਓ ਪਰ ਦੁਕਾਨਾਂ ਖੁੱਲੀਆਂ ਹੋਈਆਂ ਦੁਕਾਨਾਂ ਹਨ ਬਾਜ਼ਾਰ ਹਨ ਜਿੱਥੇ ਲਿਖਿਆ ਹੋਇਆ ਅਸਲੀ ਸੱਚ ਇੱਥੇ ਮਿਲਦਾ ਹੈ ਸੱਚ ਵਿੱਚ ਵੀ ਅਸਲੀ ਤੇ ਨਕਲੀ ਹੁੰਦਾ ਹੈ ਸਤਗੁਰੂ ਇੱਥੇ ਹੀ ਨਿਵਾਸ ਕਰਦੇ ਹੈ ਬਾਕੀ ਸਭ ਅਸਤਗੁਰੂ ਹਨ ਜੋ ਹੋਰ ਜਗ੍ਹਾ ਨਿਵਾਸ ਕਰਦੇ ਹੈ ਇਹ ਦੁਕਾਨ ਪੱਕੀ ਹੈ ਇੱਥੋਂ ਲੈ ਜਾਓ ਇੱਕ ਵਾਰ ਸੇਵਾ ਦਾ ਮੌਕਾ ਦਿਓ ਇਹ ਸਭ ਦੁਕਾਨਾਂ ਤੇ ਲਿਖਿਆ ਹੋਇਆ ਹੈ ਤੇ ਜਿਸ ਦੁਕਾਨ ਦੇ ਅੰਦਰ ਚਲੇ ਗਏ ਉਹਦਾ ਮਾਲਕ ਉਸ ਦੁਕਾਨ ਚੋਂ ਬਾਹਰ ਛੇਤੀ ਨਹੀਂ ਨਿਕਲ ਦੇਣਾ ਚਾਹੁੰਦਾ